ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਮਾਤਾ ਧਰਤ ਮਹੱਤ ਦੀ ਸਿੱਖਿਆ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਮਾਉਣ ਦੇ ਲਈ, ਪੰਜਾਬ ਦੀ ਖੇਤੀ ਹੈ ਜਿਹੜੀ ਉਹਨੂੰ ਜ਼ਹਿਰ ਮੁਕਤ ਕਰਨ ਦੇ ਲਈ ਇੱਕ ਹੋਕਾ ਦਿੱਤਾ ਗਿਆ ਸੀ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ, ਅਤੇ ਸਾਨੂੰ ਖੁਸ਼ੀ ਆ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਨੂੰ ਪਿਆਰ ਕਰਨ ਵਾਲੇ, ਪੰਜਾਬ ਨੂੰ ਜ਼ਹਿਰ ਮੁਕਤ ਕਰਨ ਦਾ ਦਿਲ ਵਿੱਚ ਸੁਪਨਾ ਰੱਖਣ ਵਾਲੇ ਕਿਸਾਨ ਵੀਰ ਵੱਡੀ ਗਿਣਤੀ ਵਿੱਚ ਇਸ ਸੁਨੇਹੇ ਨੂੰ ਸਮਝ ਕੇ ਨਾਲ ਜੁੜ ਰਹੇ ਨੇ। ਅੱਜ ਅਸੀਂ ਮੋਗਾ ਜ਼ਿਲ੍ਹਾ ਦਾ ਨਿਹਾਲ ਸਿੰਘ ਤਹਿਸੀਲ ਦਾ ਪਿੰਡ ਮਧੇਕੇ ਆ, ਜਿੱਥੋਂ ਅਸੀਂ ਇਸ ਕਾਰਜ ਦੀ ਸ਼ੁਰੂਆਤ ਕੀਤੀ ਸੀ। ਅੱਜ ਫਿਰ ਅਸੀਂ ਦੁਬਾਰੇ ਇਸ ਪਿੰਡ ਵਿੱਚ ਪਹੁੰਚੇ ਹਾਂ, ਕਿਉਂਕਿ ਇਸ ਪਿੰਡ ਦੇ ਵਿੱਚ ਜਿੱਥੇ ਪਹਿਲਾਂ ਵੀਰ ਹਰੀ ਸਿੰਘ ਹੁਣਾਂ ਨੇ ਜ਼ਹਿਰ ਮੁਕਤ ਆਲੂ ਅਤੇ ਕਣਕ ਦੀ ਬਿਜਾਈ ਕੀਤੀ ਸੀ, ਕਿਉਂਕਿ ਇਸ ਵਾਰ 50% ਜਿਹੜੀ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਣੀ ਆ, ਹੌਲੀ ਹੌਲੀ ਧਰਤੀ ਨੂੰ ਉਸ ਲੈਵਲ 'ਤੇ ਲੈ ਕੇ ਆਉਣਾ ਕਿ ਬਿਲਕੁਲ ਜ਼ਹਿਰ ਮੁਕਤ ਖੇਤੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਹੋ ਸਕੇ। ਸਰਪੰਚ ਪਰਮਜੀਤ ਸਿੰਘ ਹੁਣੀ ਖੁਸ਼ੀ ਹੈ ਇਸ ਗੱਲ ਦੀ, ਕਿਉਂਕਿ ਪਿੰਡਾਂ ਦੇ ਜਿਹੜੇ ਮੋਢੀ ਸੱਜਣ ਨੇ, ਜਦੋਂ ਉਹ ਇਸ ਪਾਸੇ ਤੁਰਨਗੇ ਪੰਜਾਬ ਨੂੰ ਮਤਲਬ ਕਿ ਸੁਧਾਰਨ ਵਾਲੇ ਪਾਸੇ, ਕਿਸਾਨਾਂ ਦੀ ਹਾਲਤ ਵੀ ਸੁਧਰੇਗੀ, ਸਾਡਾ ਇਨਵਾਇਰਮੈਂਟ ਆ ਜਿਹੜਾ ਵਾਤਾਵਰਨ ਉਹ ਵੀ ਸੁਧਰੇਗਾ। ਇਸ ਨਗਰ ਦੇ ਸਰਪੰਚ, ਉਹਨਾਂ ਦਾ ਧੰਨਵਾਦ, ਉਹਨਾਂ ਨੇ ਵੀ ਜਿਹੜੀ ਆ ਕਣਕਾਂ ਬਾਇਓ ਖਾਦ ਰਾਹੀਂ ਬੀਜੀ ਆ, ਜਸਪ੍ਰੀਤ ਸਿੰਘ ਵੀਰ ਜੱਸਾ ਵੀਰ, ਅਤੇ ਅੱਜ ਸਰਦਾਰ ਬਲਵੀਰ ਸਿੰਘ ਸਾਬਕਾ ਪੰਚ, ਇਹ ਵੀ ਪੰਚਾਇਤ ਦੇ ਨੁਮਾਇੰਦੇ ਰਹਿ ਚੁੱਕੇ ਨੇ ਇਹਨਾਂ ਵੱਲੋਂ, ਅਤੇ ਡਾਕਟਰ ਮੇਜਰ ਸਿੰਘ ਜੀ ਜਿਹੜੀਆਂ ਇਸ ਨਗਰ ਦੀਆਂ ਸਤਿਕਾਰਤ ਸਾਡੀਆਂ ਸ਼ਖਸੀਅਤਾਂ ਨੇ, ਵੀਰ ਜਗਦੀਪ ਸਿੰਘ ਹੁਣੀ ਸਪੁੱਤਰ ਸਰਦਾਰ ਹਰਬੰਸ ਸਿੰਘ, ਇਹਨਾਂ ਵੱਲੋਂ ਅੱਜ ਜਿਹੜੀ ਹੈ ਬਾਇਓ ਖਾਦ ਰਾਹੀਂ ਕਣਕ ਦੀ ਬਿਜਾਈ ਆ ਇਸ ਮਧੇਕੇ ਪਿੰਡ ਵਿੱਚ ਕੀਤੀ ਜਾਣੀ ਆ, ਕਿਉਂਕਿ ਅਸੀਂ ਸਾਰੇ ਇਹ ਚਾਹੁੰਦੇ ਹਾਂ ਕਿ ਜ਼ਹਿਰ ਮੁਕਤ ਹੋਵੇ, ਕਿਉਂਕਿ ਬੜੀਆਂ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ। ਸੋ ਇਹਨਾਂ ਵੀਰਾਂ ਨੇ ਉੱਦਮ ਕੀਤਾ ਪਾਤਸ਼ਾਹ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਸਦਕਾ, ਅੱਜ ਮਧੇਕੇ ਪਿੰਡ ਵਿੱਚ ਦੁਬਾਰੇ ਫਿਰ ਇਹ ਵੀਰ ਸਰਦਾਰ ਬਲਵੀਰ ਸਿੰਘ ਜੀ ਮੈਂਬਰ ਪੰਚਾਇਤ, ਅਤੇ ਵੀਰ ਜਗਦੀਪ ਸਿੰਘ ਹੁਣੀ, ਅਤੇ ਡਾਕਟਰ ਮੇਜਰ ਸਿੰਘ ਹੁਣੀ, ਅਤੇ ਨਾਲ ਮੈਂ NRI ਵੀਰਾਂ ਦਾ, ਮਧੇਕੇ ਪਿੰਡ ਦੇ ਜਿਹੜੇ NRI ਵੀਰ ਨੇ, ਵੀਰ ਆਸਟ੍ਰੇਲੀਆ 'ਚ ਰਹਿ ਰਹੇ ਨੇ, ਦਿਲਪ੍ਰੀਤ ਸਿੰਘ ਹੁਣੀ, ਉਹ ਬੜਾ ਉੱਦਮ ਕਰ ਰਹੇ ਨੇ ਇਸ ਮਧੇਕੇ ਪਿੰਡ ਦੇ ਜਿਹੜੇ NRI ਵੀਰ ਨੇ, ਆਪਣੇ ਪਿੰਡ ਦੇ ਵੀਰਾਂ ਨੂੰ, ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ ਕਿ ਤੁਸੀਂ ਆਓ ਇਸ ਪਾਸੇ ਤਾਂ ਜੋ ਆਪਾਂ ਇੱਥੇ ਜਿਹੜਾ ਵਾਤਾਵਰਨ ਸੋਹਣਾ ਬਣ ਜਾਏ, ਸਾਡੀ ਸਿਹਤ ਆ ਜਿਹੜੀ ਸਭ ਤੋਂ ਵੱਡਾ ਸਰੀਰ ਆ, ਜੇ ਸਰੀਰ ਨਹੀਂ ਰਹੇਗਾ, ਕਮਾਈ ਹੋਈ ਦੌਲਤ, ਬਣਾਏ ਹੋਏ ਮਕਾਨ ਕਿਸੇ ਕੰਮ ਨਹੀਂ, ਤਾਂ ਜੋ ਅਸੀਂ ਸੋਹਣੇ ਤਰੀਕੇ ਨਾਲ ਆਪਣੀ ਖੁਰਾਕ ਆ ਜਿਹੜੀ ਅਸੀਂ ਖੇਤਾਂ 'ਚੋਂ ਪੈਦਾ ਕਰ ਸਕਦੇ ਹਾਂ। ਕਿਉਂਕਿ ਆਮ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਬਹੁਤੇ ਲੋਕ ਐਡ ਕਰ ਰਹੇ ਕਿ ਜਿਹੜੀ ਮੱਧ ਪ੍ਰਦੇਸ਼ ਵਾਲੀ ਕਣਕ ਆ ਉਹ ਬੜੀ ਵਧੀਆ ਸਿਹਤ ਲਈ, ਸੋ ਸਾਰਾ ਕੁਝ ਜਿਹੜਾ ਅਸੀਂ ਮੱਧ ਪ੍ਰਦੇਸ਼ ਤੋਂ ਕਿਉਂ ਖਰੀਦੀਏ, ਸਾਡੇ ਪੰਜਾਬ ਦੇ ਕਿਸਾਨ ਆ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ, ਉਹਨਾਂ ਨੂੰ ਹੱਲਾ ਸ਼ੇਰੀ ਦੇਈਏ, ਪੰਜਾਬ ਦੀ ਧਰਤੀ 'ਤੇ ਉਹ ਸਾਰਾ ਕੁਝ ਹੋ ਸਕਦਾ, ਕਿਉਂਕਿ ਜਿਹੜਾ ਖੇਤੀ ਦਾ ਜਿਹੜਾ ਸਭ ਤੋਂ ਆਪਾਂ ਕਹਿ ਲਓ ਗਾੜਾ ਭਾਰਤ ਵਿੱਚ ਪੰਜਾਬ ਆ। ਸੋ ਪੰਜਾਬ ਦੇ ਕਿਸਾਨ ਦਰਬਾਰੇ ਖਾਲਸਾ ਦੇ ਦਿੱਤੇ ਸੱਦੇ 'ਤੇ ਇੱਥੇ ਮਧੇਕੇ ਪਿੰਡ ਦੇ ਵਿੱਚ ਇਹਨਾਂ ਵੀਰਾਂ ਨੇ ਫਿਰ ਉੱਦਮ ਕੀਤਾ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ NRI ਵੀਰ ਨੇ ਜਾਂ ਜਿਹੜੇ ਆਰਥਿਕ ਪੱਖ ਤੋਂ ਮਜ਼ਬੂਤ ਕਿਸਾਨ ਵੀਰ ਨੇ ਉਹ ਇਸ ਪਾਸੇ ਤੁਰਨ, ਜ਼ਹਿਰ ਮੁਕਤ ਖੇਤੀ ਜਿਹੜਾ ਇਸ ਪੰਜਾਬ ਦੇ ਵਿੱਚ ਹੋ ਸਕੇ, ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਤੰਦਰੁਸਤ ਰਹਿ ਸਕੀਏ। ਤੰਦਰੁਸਤ ਤਨ ਦੇ ਅੰਦਰ ਹੀ ਤੰਦਰੁਸਤ ਮਨ ਹੁੰਦਾ, ਤਾਂ ਜੋ ਅਸੀਂ ਤੰਦਰੁਸਤ ਸਰੀਰ ਨਾਲ ਸਮਾਜ ਵਿੱਚ ਸੋਹਣੇ ਤਰੀਕੇ ਨਾਲ ਵਿਚਰ ਕੇ ਸੇਵਾਵਾਂ ਕਰ ਸਕੀਏ। ਸੋ ਦੁਬਾਰਾ ਫਿਰ ਸਮੁੱਚੀ ਜਥੇਬੰਦੀ ਵੱਲੋਂ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ, NRI ਵੀਰਾਂ ਦਾ ਧੰਨਵਾਦ ਜਿਹੜੇ ਸਹਿਯੋਗ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।